ਕਰਦੇ ਹੋਗੇ ਫੇਂਕ ਰਹੇ ਹੋ ਕਿੰਨੀ ਉਮਰ ਹੈ ਤੁਹਾਡੀ ਅੱਸੀ ਬਿਆਸੀ ਸਾਲ ਚੌਰਾਸੀ ਸਾਲ ਕੇ ਹੋ ਇਕਿਆਸੀ ਪਚਾਸੀ ਕਹਿ ਰਹੇ ਹੋ ਪਚਾਸੀ ਬੈਠ ਜਾਊ ਮੈਂ ਕੋਠੀ ਆਪਣੀ ਕਹਾਂ ਸੱਲਾਗੜ ਮੇ ਕੋਠੀ ਹੈ ਅੱਛਾ ਬਾਲਕ ਕਹਾਂ ਕਰੇ ਕੰਪਿਊਟਰ ਇੰਜੀਨੀਅਰ ਲਗ ਰੋ ਅੱਛਾ ਇੱਕ ਨਕਸ਼ਾ ਬਣਾਵੇ ਡਰਾਫਟਮੈਨ ਇੱਕ ਸਬਜ਼ੀ ਮੰਡੀ ਮੈਂ ਲਗ ਰੋ ਤਿੰਨ ਲੜਕਾ ਹੈ ਸਬਜ਼ੀ ਮੰਡੀ ਮੇ ਕਿਆ ਲਗ ਰਹੀ ਮੈਟ ਅੱਛਾ ਮੈਟ ਲਗ ਰਹਾ ਹੈ ਫਿਰ ਤੁਮ ਫਿਰ ਵੀ ਇਹ ਕੰਮ ਕਰੋ ਪੋਲਿਸ ਵੋਲਿਸ ਵਕਤ ਨਹੀਂ ਕਰਤਾ ਕੈਸੇ ਹਾਂ ਲੇਕਿਨ ਠੀਕ ਨਹੀਂ ਜਦ ਤੱਕ ਚਲੇ ਆਦਮੀ ਨਾ 82 ਸਾਲ ਕੇ ਹੈਗੇ ਅਬ ਤਾਂ ਆਰਾਮ ਕਰ ਰਿਟਾਇਰਮੈਂਟ ਲੈ ਲਿਓ ਆਰਾਮ ਕਰ ਆਰਾਮ ਹਰਾਮ ਬਾਬਾ ਦਾਂਤ ਵੀ ਨਾ ਰਹੇ ਅਬ ਤਾਂ ਰਿਟਾਇਰਮੈਂਟ ਲੈ ਲਿਓ ਤੂੰ ਹੈ ਬਾਬਾ ਆਰਾਮ ਹਰਾਮ ਹੈ ਆਰਾਮ ਇਹ ਪ੍ਰੇਰਨਾ ਕਹਾਂ ਤੇ ਮਿਲੇ ਇਹ ਕੰਮ ਕਰਨ ਦੀ ਇਤਨੀ ਪ੍ਰੇਰਨਾ ਕਹਾਂ ਸੇ ਮਿਲਤੀ ਹੈ ਹੈ ਬਾਬਾ ਯਾ ਉਮਰ ਮੇ ਵੀ ਜੋ ਆਪ ਕੰਮ ਕਰ ਰਹੇ ਹੋ ਹਾਂ ਬੰਦਾ ਵੀ ਤੇਰੇ ਬੰਦਾ 100 ਵਰਸ ਹੋ ਜਾ ਹਾਂ ਅੱਗੇ ਵੀ ਕੰਮ ਕਰ ਰਿਹਾ ਅੱਛਾ ਹਮਾਰੇ ਹਿੰਦੁਸਤਾਨ ਦੇ ਆਦਮੀ ਵੀ ਹੈ ਇਹ ਬਾਲ ਬੱਚੇ ਕਮਾ ਰਹੇ ਫਲਾਣੀ ਬਾਤ ਹੈ ਜੀ ਬਾਤ ਹਾਂ ਘਰ ਬੈਠੇ ਖਾ ਲੈ ਹਾਂ ਆਰਾਮ ਨਹੀਂ ਠੀਕ ਹੈ ਮੁਰਗਾ ਹਾਂ ਜਦ ਤੱਕ ਤੂੰ ਖਾਣਾ ਖਾ ਕਰ ਰਹੇ ਹਾਂ ਬੈਠ ਕੰਮ ਆਰਾਮ ਸੇ ਬੈਠ ਖੁਸ਼ੀ ਸੇ ਕਮਾ ਹਾਂ ਅੱਗ ਮੈਂ ਗਲਤ ਕਹਿ ਰਹਾ ਹੂੰ ਔਰ ਪੰਜਾਬੀ 100 ਸਾਲ ਤੱਕ ਵੀ ਕਮਾਵੇ ਡੇਢ ਸਾਲ ਤੱਕ ਹਾਂ ਡੇਢ ਸੌ ਸਾਲ ਅੱਛਾ ਜੀ ਅਬ ਨਿਓ ਬਤਾਓ ਤੁਮ ਇਹ ਜੋ ਨਵੇਂ ਬਾਲਕ ਹੈ ਅੱਜ ਕੱਲ੍ਹ ਕੇ ਘਰ ਬੈਠੇ ਰਹੇ ਕੁਛ ਕੰਮ ਨਾ ਕਰਤੇ ਕਮਾਈ ਦਮਾਈ ਪੜ੍ਹਾਈ ਕੁਛ ਨਾ ਕਰਤੇ ਇਹਨਾਂ ਕਾ ਹਰ ਰਾਏ ਦਿਓਗੇ ਤੁਮ ਆਪਣੀ ਤਰਫ ਤੇ ਤੁਮ ਤੋ 82 ਸਾਲ ਕੇ ਹੈ ਕਿ ਵੀ ਬਾਲਕ ਤੁਹਾਰੇ ਤਿੰਨੋਂ ਕਾਮਯਾਬ ਜਬ ਵੀ ਕੰਮ ਕਰ ਰਹੇ ਹੋ ਮਾਨੀ ਨਾ ਕਰੋ ਕਾਈ ਹਾਂ ਅਜਮਾਨੀ ਨਾ ਕਾਈਗੀ ਅੱਜ ਕੱਲ ਕੇ ਰੇਟ ਤੋਂ ਮਾਨ ਨਾ ਕਾਈ ਅੱਛਾ ਉਲਟੇ ਕੰਮ ਕਰਾਂ ਹਾਂ ਅਬ ਤੁਮ ਕਿੰਨੋ ਕਮਾ ਲਿਓ ਇਸ ਮੇ ਮਹੀਨਾ ਮੈਂ ਰੋਜ਼ ਕੇ ਕਿੰਨੀ ਹੈ ਜਾ ਸੌ ਡੇਢ ਸੌ ਰੁਪਿਆ ਰਹਿ ਜਾ ਰੋਜ਼ ਆਪਣਾ ਖਰਚਾ ਖੁਦ ਕਮਾ ਕੇ ਚਲਾਓ ਨਾ ਕਾਈ ਪੇ ਕਿਉਂ ਨਿਰਭਰ ਰਹੇ ਇਹ ਬਾਤ ਹੈ ਨਾ ਅਬ ਆਪਣੇ ਘਮੰਡ ਮੇ ਰਹੇਂਗੇ ਕਮਾ ਕੇ ਖੁਦ ਕਿਉਂ ਬਾਬਾ ਬਾਬਾ ਕੋਈ ਬਾਤ ਨਾ ਚੱਲ ਰਹਿਣ ਦੇ ਬਾਬਾ ਜੋ ਬਤਾ 10-20-50 ਰੁਪਿਆ ਮੈਂ ਵੀ ਇਹ ਯਹਾਂ ਛੁਡਵਾਉਣਾ ਚਾਹ ਰਹੇ ਹਾਂ ਬਾਬਾ ਬੈਠੇ ਹੋਏ ਆ 84 ਸਾਲ ਕੋ ਯਹਾਂ ਮੈਂ ਵੀ ਜੋ ਛੁਡਵਾਉਣਾ ਚਾਹ ਰਹੇ ਬਾਬਾ ਮੇਰੇ ਕਿੰਨੇ ਹੈਗੇ 20 ਰੁਪਿਆ ਹੈਗੇ ਇਹ ਮੇਰੇ ਤਰਫ ਤੇ 500 ਰੁਪਿਆ ਆਇਆ ਬਸ ਰੱਖ ਲਿਓ ਆਪਣੇ ਦੌਰੇ ਮਿਹਨਤ ਕਰ ਰਹੇ ਹੋ ਤੁਮ ਯਾ ਉਮਰ ਮੈਂ ਯਾ ਉਮਰ ਮੈਂ ਮਿਹਨਤ ਕਰ ਰਹੇ ਹੋ ਯਾ ਉਮਰ ਮੈਂ ਪੁੱਛ ਰਹਾ ਹੋ ਤੁਮ ਕਾ ਰਾਏ ਦੇਣਾ ਚਾਹੋ ਬਾਲਕ ਨੇ ਇੱਕ ਬਾਤ ਔਰ ਐਸੇ ਲੋਕਾਂ ਨੇ ਜੋ ਇਹ ਅਭੀ ਕਰਕੇ ਗਈ ਹੈ ਨਾ ਇਹਨੇ ਦਿਖਾਊਂਗਾ ਮੈਂ ਚੈਨਲ ਪੇ ਇਹ ਵੀਡੀਓ ਬਣ ਰਹੀ ਹੈ ਚੈਨਲ ਪੇ ਦਿਖਾਊਂਗਾ ਇਹਨੇ ਕਿ ਇਹ ਗਰੀਬਨ ਕੇ ਸੰਗ ਤੋਂ ਕਰੇ ਬਾਰਗੇਨਿੰਗ ਯਾ ਤਾਂ ਕਹੇ ਬਾਬਾ ਬਾਰਗੇਨਿੰਗ ਪੈਸਾ ਕਮ ਕਰਵਾਉਣੇ ਦੇ ਹੈ 50 ਰੁਪਿਆ ਹੀ ਤਾਂ ਮੰਗੇ ਤੁਮਨੇ ਬਾਵੇਂ ਵੀ ਜੋ ਕਹਿ ਰਹੀ ਹੈ ਔਰ ਕਮ ਕਰ ਲੈ ਧੰਨਵਾਦ ਆਪਕੋ ਧੰਨਵਾਦ ਬਾਬਾ ਆਪ ਯਾ ਉਮਰ ਮੈਂ ਲੋਕਾਂ ਨੇ ਪ੍ਰੇਰਿਤ ਕਰ ਰਹੇ ਹੋ ਇਹ ਬਾਲਕ ਖੜੇ ਇਹ ਦੇਖ ਰਹੇ ਇਹ ਸਿੱਖਣਗੇ ਆਪ ਤੇ ਮਿਹਨਤ ਕਰਨੋ ਕਿਉਂ ਜ਼ਰੂਰੀ ਹੈ ਕੰਮ ਕਰਨਾ ਜਿਲ ਜਾਗੋ ਕਿਉਂ ਜਿਲਾਗੋ ਜਿਲ ਜਾਗੋ ਤੂੰ ਇੱਕ ਕੰਮ ਕਰ ਹਾਂ ਤੂੰ ਮੇਰੇ ਤੋਂ ਪਾਲਸ ਨਾ ਹਾਂ
तो पैसा मत देगा। हाँ। कम से कम ना 5-4 महीना। अच्छा। और रोज करवा कर रोज पॉलिश करवाऊँ 5 महीना तक। बाबा पॉलिश मेरे घर है। हाँ बाबा ये तो मैं वैसे ही लाया हूँ, मेरे घर है पॉलिश, मैं खुद करूँ, खुद करनी कर लूँ मैं पॉलिश, ये बालक कर दें पॉलिश, ये तो मैं तुम्हें पैसा देने के मारे करवाइए, नहीं तुम लेते ना या मार करवाइए पॉलिश। पर तुमने जो बात कह दी ना 4 महीना पॉलिश करवाती, ये बहुत बड़ी बात है हमारी। मैं तुम्हें कह रहा हूँ मेरे पास जब उतरेंगे ये, हाँ मेरे पास करवा के रहे। ना ना बाबा काम ही कर रहे हो तुम, सबकी करो पॉलिश कर ही रहे हो मेहनत। हाँ बिल्कुल बाबा। तो मेरी तरफ से एहसान नहीं है, जो भी बूढ़े आदमी मेहनत कर रहे हैं ना, उन्हें सब है, विकलांग है बूढ़ो, तुम मेहनत कर रहे हो, कमा रहे हो, कितने लोग हैं चारों हाथ पांव ठीक हैं, जब भी बैठे हैं घर उनके नहीं आए हो। ठीक है बाबा, धन्यवाद। राम राम। आपको काम सही करें, इन्हें रख दे हम, और जब भी आए पैसा मत दे घर में। ना ना मैं तो जरूरत ना पड़े बाबा, मैं मिलने आ जाया करूँगा, अब जूता नहीं जरूरत ना पड़ेगी। यार ठीक है, राम राम।